ਸ੍ਰੀ ਕਾਲ ਜੀ ਮੈਂ ਮਨਪ੍ਰੀਤ ਕਰ ਦੰਦੀਵਾਲ ਜਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਿ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਲੋੜਵੰਦ ਪਰਿਵਾਰਾਂ ਦੀ ਜਿਹੜੀ ਵੀਡੀਓ ਬਣਾ ਕੇ ਸ਼ੇਅਰ ਕਰਦੇ ਆਂਗੇ ਤਾਂ ਜੋ ਜਿਹੜੇ ਸਮਾਜ ਸੇਵੀ ਨੇ ਉਹਨਾਂ ਤੱਕ ਪਹੁੰਚ ਹੋਵੇ ਤੇ ਲੋੜਵੰਦ ਪਰਿਵਾਰ ਨੇ ਜਿਹੜੇ ਉਹਨਾਂ ਦੀ ਮਦਦ ਹੋ ਸਕੇ ਉਸੇ ਦੇ ਤਹਿਤ ਅੱਜ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਢਿੰਗੜ ਵਿਖੇ ਜਿਹੇ ਇਹ ਹੀ ਲੋੜਵੰਦ ਪਰਿਵਾਰ ਦੇ ਘਰ ਇਹ ਮਾਤਾ ਜੀ ਨੇ ਜਿਹੜੇ ਉਹ ਘਰ ਦੇ ਵਿੱਚ ਇਕੱਲੇ ਰਹਿ ਗਏ ਨੇ ਤੇ ਇੱਕ ਉਹਨਾਂ ਦਾ ਬੇਟਾ ਹੈ ਉਹਨਾਂ ਦੇ ਹਸਬੰਦ ਦੀ ਕੁਝ ਦਿਨ ਪਹਿਲਾਂ ਹੀ ਡੈਥ ਹੋ ਚੁੱਕੀ ਆ ਤੇ ਇਹਨਾਂ ਨਾਲ ਗੱਲਬਾਤ ਹੁਣ ਚੱਲ ਰਹੇ ਨੇ ਦੇਬ ਦਾ ਗੁਜ਼ਾਰਾ ਕਿਵੇਂ ਕਰਦੇ ਨੇ ਸਸੀ ਕਾਲ ਜੀ ਕਿਹ ਤਰੀਕਾਰ ਜੀ ਕੌਣ ਕੌਣ ਰਹਿ ਗਈ ਤੁਸੀਂ ਪਰਿਵਾਰ ਚ ਬਸ ਇੱਕ ਮੁੰਡਾ ਜੀ ਇੱਕ ਮੈਂ ਰਹਿ ਗਈ ਤੁਸੀਂ ਦੋਨੋਂ ਰਹਿ ਗਏ ਹਾਂਜੀ ਤੇ ਇਹਨਾਂ ਦੇ ਮਤਲਬ ਪਾਪਾ ਦੀ ਡੈਥ ਕਿੰਨੇ ਦਿਨ ਪਹਿਲਾਂ ਹੋਈ ਹੈ 10 ਕਿ ਦਿਨ ਹੋਈ ਬਸ ਜੀ 10 ਦਿਨ ਹੋਏ ਆ ਹਾਂ ਤੇ ਕਰਦੇ ਹਾਲਾਤ ਕਿਵੇਂ ਦੇ ਹੁਣ ਬਣੇ ਹੋਏ ਨੇ ਹੂੰ ਤਾਂ ਬਈ ਜੀ ਠੀਕ ਆ ਬਸ ਬੱਚਾ ਹੀ ਚੰਗੇ ਪੜੀ ਸੀ ਬਸ ਅੱਛਾ ਹਾਂ ਦਰਦੀ ਹੈ ਜੀ ਉਸ ਨੂੰ ਹੁਣ ਘਰ ਦਾ ਜਿਹੜਾ ਗੁਜ਼ਾਰਾ ਵੀ ਕਰਦੀ ਆਮਦਨ ਹੈ ਉਹ ਮਤਲਬ ਕੋਈ ਸਾਧਨ ਹੈਗਾ ਉਹਦਾਂ ਤਾਂ ਕੋਈ ਹੈ ਨਹੀਂ ਪਿੰਡ ਦਾ ਕੰਮ ਕਰਦੀ ਜੀ ਹਾਂ ਸੇਪੀ ਦਾ ਕੰਮ ਕਰਦੀ ਠੀਕ ਹੈ ਮਤਲਬ ਹੁਣ ਕੋਈ ਵੀ ਹੁਣ ਕੋਈ ਨਹੀਂਗਾ ਹਾਂ ਹਾਂਜੀ ਕੋਈ ਨਹੀਂਗਾ ਨਾਲ ਦਾ ਤੁਹਾਡਾ ਕੀ ਰਿਸ਼ਤਾ ਇਹਨਾਂ ਦੇ ਨਾਲ ਇਹ ਮੇਰੇ ਤਾਈ ਜੀ ਉਹ ਮੇਰੇ ਭਾਈ ਕਹਤੇ ਇਸ ਟਾਈਮ ਘਰ ਦੇ ਹਾਲਾਤ ਜਿਹੜੀ ਆਪਾਂ ਦੇਖ ਰਹੇ ਆਂ ਵੀ ਸਿਚੁਏਸ਼ਨ ਹੈਗੀ ਹੈਗੀ ਵੀ ਤੁਹਾਡੇ ਜਿਹੜੇ ਤਾਇਆ ਜੀ ਉਹਨਾਂ ਦੀ ਡੈਥ ਹੋ ਚੁੱਕੀ ਆ ਤਾਂ ਤੁਸੀਂ ਉਹਦੇ ਬਾਰੇ ਚ ਕੀ ਦੱਸੋਗੇ ਵੀ ਘਰ ਦੇ ਹਾਲਾਤ ਕਿਵੇਂ ਦੇ ਬਣੇ ਹੋਏ ਹਾਲਾਤ ਤਾਂ ਮੰਦੇ ਆ ਯਾ ਦੇਖ ਲੋ ਤੁਸੀਂ ਆਪਣਾ ਘਰਵਾਰ ਤੇ ਹੂ ਇਜ਼ ਕਮਾਈ ਦਾ ਸਾਧਨ ਸੀ ਉਹਨਾਂ ਦਾ ਕੋਈ ਸਮਾਜ ਸੰਸਥਾ ਨੂੰ ਬੇਨਤੀ ਆ ਵੀ ਸਾਡੀ ਕੋਈ ਮਦਦ ਕੀਤੀ ਜਾਵੇ ਜਾਂ ਕੋਈ ਹੋ ਪ੍ਰਸ਼ਾਸਨ ਦਾ ਬੰਦਾ ਹੋਵੇ ਉਹਨਾਂ ਨੂੰ ਬੇਨਤੀ ਆ ਵੀ ਸਾਡੀ ਮਦਦ ਕੀਤੀ ਜਾਵੇ ਹੁਣ ਸਾਡੇ ਨਾਲ ਨੇ ਸਨੀ ਮਾਨ ਜੀ ਜੋ ਸਮਾਜ ਸੇਵੀ ਨੇ ਤੇ ਉਹਨਾਂ ਨੇ ਇਨਾਂ ਤੱਕ ਪਹੁੰਚ ਕੀਤੀ ਜਦੋਂ ਉਹਨਾਂ ਨੂੰ ਇਹਨਾਂ ਦੇ ਬਾਰੇ ਪਤਾ ਚੱਲਿਆ ਤੇ ਉਹ ਇੱਥੇ ਪਹੁੰਚੇ ਹੋਏ ਨੇ ਅਜੇ ਇਹਨਾਂ ਨੂੰ ਰਾਸ਼ਨ ਦੇਣ ਦੇ ਲਈ ਤੇ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਜਾਣਦੇ ਆ ਕਿ ਕਿਸ ਤਰੀਕੇ ਦੇ ਇਸ ਪਰਿਵਾਰ ਦੇ ਹਾਲਾਤ ਬਣੇ ਹੋਏ ਨੇ ਇਸ ਟਾਈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਵੀਡੀਓ ਦੇਖ ਰਿਹਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਮੈਂ ਅੱਜ ਇੱਥੇ ਪਹੁੰਚਿਆ ਸੀ ਪੈਪੂਰ ਪਹਿਲਾਂ ਮੈਨੂੰ ਪੂਰੇ ਜਿਸ ਤਰ੍ਹਾਂ ਦੇ ਹਾਲਾਤ ਸੀ ਕਿ ਮੈਂ ਸੋਚਿਆ ਸੀ ਇੰਨੇ ਨਹੀਂ ਪਤਾ ਸੀ ਕਿ ਜ਼ਿਆਦਾ ਖਰਾਬ ਨੇ ਤਾਂ ਮੈਂ ਇਸ ਲਈ ਪਰਿਵਾਰ ਤੋਂ ਮਾਫੀ ਚਾਹੁੰਦਾ ਕਿ ਜਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ ਪਰਿਵਾਰ ਨੂੰ ਮੈਂ ਬਹੁਤ ਘੱਟ ਮਦਦ ਲੈ ਕੇ ਆਇਆ ਤੇ ਅਗਲੀ ਵਾਰ ਫੇਰ ਜ਼ਰੂਰ ਆਉਂਗਾ ਤਾਂ ਜਿਵੇਂ ਆ ਕੇ ਦੇਖਿਆ ਕਿ ਪਹਿਲਾਂ ਮਾਤਾ ਜੀ ਨੇ ਦੱਸਿਆ ਕਿ ਇਹ ਦੋਵੇਂ ਰਹਿ ਗਏ ਆ ਬੱਚਾ ਛੋਟਾ ਇਹ ਮਾਤਾ ਜੀ ਆ ਆਪਣੇ ਜਿਹੜੇ ਨਰੇ ਬੇਟੀਆਂ ਵੱਡੀਆਂ ਸੀਗੀਆਂ ਵੈਈਆਂ ਹੋਈਆਂ ਨੇ ਤੇ ਦੋਹੀ ਰਹਿੰਦੇ ਆ ਪਰਿਵਾਰ ਵਿੱਚ ਇਨਾਂ ਦੇ ਹਸਬੰਦ ਦੀ ਥੋੜੇ ਦਿਨ ਪਹਿਲਾਂ ਡੈਥ ਹੋਈ ਆ ਉਹੀ ਕਮਾਈ ਕਰਦੇ ਸੀ ਮਿਸਤਰੀ ਦਾ ਕੰਮ ਕਰਦੇ ਸੀਗੇ ਹੁਣ ਬਿਲਕੁਲ ਕਮਾਈ ਦਾ ਸਾਧਨ ਠੱਪ ਹੋਇਆ ਪਿਆ ਇੱਥੇ ਤੱਕ ਨੌਬਤ ਆ ਜਾਂਦੀ ਕਿ ਘਰ ਦੇ ਵਿੱਚ ਰਾਸ਼ਨ ਤੱਕ ਨਹੀਂ ਹੈਗਾ ਤਾਂ ਮੈਂ ਇਹੀ ਬੇਨਤੀ ਕਰਦਾ ਸਾਰੇ ਜੋ ਵੀ ਵੀਡੀਓ ਦੇਖ ਰਹੇ ਹੋ ਕਿ ਜਰੂਰ ਸ਼ੇਅਰ ਕਰੋ ਤਾਂ ਕਿ ਕਿਸੇ ਸਮਾਜ ਸੇਵੀ ਸੰਸਥਾ ਤੱਕ ਪਹੁੰਚੇ ਤੇ ਇਸ ਪਰਿਵਾਰ ਦੀ ਜਰੂਰ ਮਦਦ ਕਰੇ ਤਾਂ ਅੱਗੇ ਤੋਂ ਵੀ ਮੇਰੀ ਵੀ ਇਹੀ ਕੋਸ਼ਿਸ਼ ਰਹੂਗੀ ਮੈਂ ਪਰਿਵਾਰ ਦੇ ਨਾਲ ਵੀ ਵਾਅਦਾ ਕਰਕੇ ਜਾਣਾ ਜਿਸ ਤਰ੍ਹਾਂ ਦੇ ਵੀ ਤੁਹਾਡੇ ਮੇਰੇ ਤੱਕ ਕੋਈ ਲੋੜ ਹੈ ਹਮੇਸ਼ਾ ਤੁਹਾਡੇ ਨਾਲ ਖੜਾ ਮੈਂ ਆਪਣਾ ਮੈਂ ਨੰਬਰ ਇਹਨਾਂ ਨੂੰ ਦੇ ਕੇ ਜਾਣਾ ਕਦੇ ਵੀ ਕੋਈ ਲੋੜ ਆ ਕੋਈ ਰਾਸ਼ਨ ਦੀ ਕਿਸੇ ਤਰ੍ਹਾਂ ਦਾ ਵੀ ਪਰ ਹਰ ਪ੍ਰਕਾਰ ਦੀ ਤੁਹਾਡੇ ਨਾਲ ਖੜਾ। ਸੋ ਬਹੁਤ-ਬਹੁਤ ਧੰਨਵਾਦ। ਇੱਕ ਵਾਰ ਫਿਰ ਹੀ ਬੇਨਤੀ ਕਰਦਾ ਕਿ ਜਰੂਰ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹੋਰ ਵੀ ਸਮਾਜ ਸੇਵੀ ਸੰਸਥਾ ਤੱਕ ਇਹਨਾਂ ਦੇ ਪਰਿਵਾਰ ਦੇ ਹਾਲਾਤ ਪਹੁੰਚ ਸਕਣ ਤੇ ਇਹਨਾਂ ਦੀ ਮਦਦ ਹੋ ਸਕੇ। ਧੰਨਵਾਦ। ਮੈਂ ਮਨਪ੍ਰੀਤ ਕਰਦੰਦੀ ਵਾਲਾ ਆਪਣੇ ਬੋਲੋ। ਇਹੀ ਅਪੀਲ ਕਰਦੀ ਆ ਸਾਰੇ ਵੀਡੀਓ ਦੇਖਣ ਵਾਲਿਆਂ ਨੂੰ ਵੀ ਇਹਨਾਂ ਦੀ ਵੀਡੀਓ ਬਹੁਤ-ਬਹੁਤ ਸ਼ੇਅਰ ਕਰੋ ਤਾਂ ਜੋ ਇਹਨਾਂ ਦੀ ਹੋਰ ਵੀ ਜ਼ਿਆਦਾ ਹੈਲਪ ਹੋ ਸਕੇ। ਧੰਨਵਾਦ।